ਨਮਸਕਾਰ ਢੁੱਗਰ ਵਾਸੀਓ ਘੋਸਟਾਰ ਚੈਨਲ ਪਤੰਦਰ ਸਾਰਿਆਂ ਦਾ ਮਤਾ ਮਤਾ ਸਵਾਗਤ ਹੈ ਆਉਂ ਆ ਭਾਰਤੀ ਤੇ ਪੇਸ਼ ਹੈ ਅੱਜ ਦੇ ਕੁਝ ਮਿਕਸ ਸਮਾਚਾਰ ਮਤੀ ਵਰਖਾ ਹੋਰ ਇੱਕ ਉਹਨੇ ਕਾਰੰਡਿੰਗਾਂ ਬੁਦੇ ਇਲਾਕੇ ਚ ਇੱਕ ਰਾਜੇ ਪਾਣੀ ਚਲੀ ਗਿਆ ਅਗਲੀ ਖਬਰ ਹੈ ਜੇ ਪੁਰਵ ਸਰਪੰਚ ਸਮਾਜ ਸੇਵਕ ਕਿਸਾਨ ਨੇਤਾ ਰਾਕੇਸ਼ ਚੌਧਰੀ ਉੰਦੀ ਅਧਿਐਕਸ਼ਤਾ ਚ ਰਾਸ਼ਟਰੀ ਕਿਸਾਨ ਸੰਗਠਨ ਦੇ ਬੈਨਰ ਤਲੇ ਤਹਿਸੀਲ ਮੜੀਨ ਚਤਰਾ ਦਿਵਸੀਏ ਕਿਸਾਨ ਸਮੇਲਨ ਦਾ ਆਯੋਜਨ ਕੀਤਾ ਜਾ ਕਰਦਾ ਹੈ ਇਹ ਸਮੇਲਨ 10 ਤੋਂ 12 ਅਗਸਤ ਤੱਕ ਚੱਲਣਾ ਜਿਸ ਦੇ ਚ ਬਖਰੇ ਬਖਰੇ ਰਾਜਾ ਥਵਾ ਕਰੀਬਨ 200 ਕਿਸਾਨੇ ਹਿੱਸਾ ਲੈਣਾ ਕਟੂਆ ਜੇ ਚਲਾ ਕਰਦੀ ਲਾਇਬ੍ਰੇਰੀ ਕੀ ਕੱਲ ਸੀਲ ਕਰ ਦਿੱਤਾ ਗਿਆ ਤੇ ਕਈ ছাত্রী ਨੇ ਕਿਤਾਬਾਂ ਅੰਦਰ ਰਹੀ ਕੇ ਦੀਆਂ ਹ ਜਿਸ ਦੇ ਬਾਅਦ ਡੀਸੀ ਕਟੂਆ ਦੇ ਨਿਰਦੇਸ਼ਨ ਦੇ ਅਨੁਸਾਰ ਅੱਜ ਲਾਇਬ੍ਰੇਰੀ ਖੁਲਾਈ ਹੈ ਉਹ ਕਿਤਾਬਾਂ ছাত্রੀਆਂ ਕੀ ਵਾਪਸ ਕੀਤੀਆਂ ਗਈਆਂ ਹਨ ਜਿਹੜੀ ਸੀ ਮਹਾਨਪੁਰ ਦੀ ਐਨਐਸਐਸ ਯੂਨਿਟ ਤੇ ਹਿੰਦੀ ਵਿਭਾਗ ਨੇ ਇੱਕ ਤਵਾ 15 ਅਗਸਤ ਤੱਕ ਕਰ ਸਵੱਛਤਾ ਪਖਵਾੜਾ ਤੇ ਸਵਤੰਤਰਤਾ ਦਿਵਸ ਸਮਾਰੋਹ ਦੇ ਬੈਨਰ ਤਲੇ 6 ਅਗਸਤ 2024 ਦੀ ਇੱਕ ਪ੍ਰਸ਼ਨੋਤਰੀ ਪ੍ਰਤੀਯੋਗਿਤਾ ਤੇ ਸਵੱਛਤਾ ਅਭਿਆਨ ਦਾ ਆਯੋਜਨ ਕੀਤਾ ਇਸ ਕਾਰਜਕ੍ਰਮ ਦਾ ਆਯੋਜਨ ਡਾਕਟਰ ਰੁਪਾਲੀ ਜਸ ਰੋਟੀਆ ਐਨਐਸਐਸ ਪੀਓ ਪਾਸਿਆਂ ਕੀਤਾ ਗਿਆ ਸਵੱਛਤਾ ਪਖਵਾੜਾ ਦੇ ਤਹਿਤ ਜਿਹੜੀ ਸੀ ਮਹਾਨਪੁਰ ਜਿਸ ਸਵਤੰਤਰਤਾ ਸੰਗਰਾਮ ਦੇ ਗੁਮਨਾਮ ਨਾਇਕ ਵਿਸ਼ੇ ਉੱਪਰ ਇੰਟਰ ਕਾਲਜ ਨਿਬੰਧ ਲੇਖਨ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਇਸ ਕਾਰਜਕ੍ਰਮ ਦਾ ਆਯੋਜਨ ਪ੍ਰਿੰਸੀਪਲ ਡਾਕਟਰ ਅਨੁਪਮਾ ਗੁਪਤਾ ਹੁਣ ਦੀ ਅਧਿਕਸ਼ਤਾ ਚ ਕੀਤਾ ਗਿਆ ਅੱਜ ਦੇ ਸਮਾਚਾਰ ਇੱਥੇ ਗਏ ਸਮਾਪਤ ਹੁੰਦੇ ਨੇ ਕੱਲ ਫਿਰ ਕਿਸ਼ਨਮਈ ਸਮਾਚਾਰ ਲਈ ਇਸ ਤੰਦੇ ਨਾਲ ਜੁੜ ਕੇ ਧੰਨਵਾਦ